ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹਿਸਰੋ ਤੈਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਧੇ ਅੰਜ ਹੁਣ ਦੇ ਪਹਿਲੇ ਵੱਡੇ ਖਬਰ ਦੇ ਵੱਲ ਪੰਜਾਬ ਵਿੱਚ ਟਲਿਆ ਵੱਡਾ ਟ੍ਰੇਨ ਹਰਸਾ ਬਠਿੰਡਾ ਰੇਲਵੇ ਟਰੈਕ ਤੇ ਰੱਖੇ ਮਿਲੇ ਸਰੀਏ ਡਰਾਈਵਰ ਨੇ ਭਾਰਤੀ ਚੌਕਸੀ ਦੇਸ਼ ਵਿੱਚ ਵੱਖ-ਵੱਖ ਸੁਬਿਆਂ ਵਿੱਚ ਜਿੱਥੇ ਆਏ ਦੇਣਾ ਟ੍ਰੇਨ ਹਾਰਸੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਉੱਥੇ ਦੂਜੇ ਪਾਸੇ ਸ਼ਰਾਰਤਾਂ ਅੰਸਰਾਂ ਦੇ ਵੱਲੋਂ ਟ੍ਰੇਨ ਪਲਟਾਉਣ ਦੀਆਂ ਸਾਜਸਾਂ ਘੜੀਆਂ ਜਾ ਰਹੀਆਂ ਨੇ ਕਿਧਰੇ ਰੇਲਵੇ ਟਰੈਕ ਤੇ ਵੱਡੇ ਪੱਥਰ ਮਿਲ ਰਹੇ ਹਨ ਤੇ ਕਿਧਰੇ ਖੰਭਿਆਂ ਤੇ ਹੋਰ ਆ ਕਈ ਚੀਜ਼ਾਂ ਨੂੰ ਰੱਖ ਕੇ ਵੱਡੇ ਹਾਰਸੇ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦਾ ਇੱਕ ਵੱਡਾ ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਦਿੱਲੀ ਰੇਲਵੇ ਟਰੈਕ ਤੇ ਕਰੀਬਾ ਇੱਕ ਦਰਜਨ ਸਰੀਏ ਰੱਖੇ ਗਏ ਪਰ ਆ ਰੇਲਵੇ ਡਰਾਈਵਰ ਦੀ ਚੌਕਸੀ ਦੇ ਚੱਲਦਿਆਂ ਵੱਡਾ ਟ੍ਰੇਨ ਹਾਰਸਾ ਹੁਣ ਤੋਂ ਟਲ ਗਿਆ। ਮਿਲੇ ਜਾਣਕਾਰ ਦੇ ਮੁਤਾਬਕਾ ਬਠਿੰਡਾ ਦੇ ਬੰਗੀ ਨਗਰ ਦੇ ਵਿਚਕਾਰ ਰੇਲਵੇ ਟਰੈਕ ਤੇ ਸਰੀਏ ਰੱਖੇ ਗਏ ਸੀ ਜਿਸ ਦੇ ਕਾਰਨ ਦਿੱਲੀ ਰੇਲਵੇ ਟਰੈਕ ਤੇ ਬਠਿੰਡਾ ਆਰੀ ਮਾਲ ਗੱਡੀ ਨੂੰ 45 ਮਿੰਟਾਂ ਤੱਕ ਰੁਕਣਾ ਪਿਆ। ਘਟਨਾ ਦੀ ਸੂਚਨਾ ਮੈਲਦਾ ਹੀ ਮੌਕੇ ਤੇ ਆਰਪੀਐਫ ਦੇ ਟੀਮਾਂ ਪਹੁੰਚੇ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਆਪਾ ਕਿਸੇ ਸਰਵੇਰੇ ਵਿੱਚ ਨਹੀਂ ਆਉਂਦੇ ਸਿੱਧੇ ਸਰਕਾਰ ਵਿੱਚ ਹੀ ਆਉਂਦੀ ਆ ਭਗਵੰਤ ਮਾਨ ਦਾ ਵੱਡਾ ਦਾਵਾ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਤੇਜ਼ ਹੋ ਗਿਆ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਹਨ ਇਸੇ ਦੇ ਦੌਰਾਨ ਹਰਿਆਣਾ ਦੇ ਮਹਿਮ ਦੇ ਵਿੱਚ ਰੋਡ ਸ਼ੋਅ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਹਿ ਕੇ ਮੈਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਹਰਿਆਣਾ ਦੇ ਵਿੱਚ ਕਿੰਨੀਆਂ ਸੀਟਾਂ ਮਿਲਣਗੀਆਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਸਾਰੀਆਂ ਸੀਟਾਂ ਆਉਣਗੀਆਂ ਤਾਂ ਉਹ ਕਹਿੰਦੇ ਹਨ ਕਿ ਸਰਵੇਖਣ ਦੇ ਵਿੱਚ ਤਾਂ ਨਹੀਂ ਔਰੀਆਂ ਐਸ ਤੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਸਰਵੇਖਣ ਸਰਵੇ ਦੇ ਵਿੱਚ ਨਹੀਂ ਆਉਂਦੀ ਇਹ ਸਿੱਧੇ ਤੌਰ ਤੇ ਸਰਕਾਰ ਦੇ ਵਿੱਚ ਹੀ ਆਉਂਦੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਖੁਸ਼ਖਬਰੀ ਆਕਤੂਬਰ ਮਹੀਨੇ ਦੇ ਵਿੱਚ ਆ ਪੰਜਾਬ ਦੇ ਵਿੱਚ ਆ ਹੁਣ ਗੰਗਾ ਇੰਨੀਆਂ ਛੁੱਟੀਆਂ ਬੰਦ ਰਹਿਣਗੇ ਸਕੂਲਾਂ ਕਾਲਜਾਂ ਤੇ ਬੈਂਕਾਂ ਦੇਸ਼ ਭਰ ਦੇ ਵਿੱਚ ਆ ਤਿਹਾਰਾਂ ਦਾ ਸਭ ਤੋਂ ਵੱਡਾ ਸੀਜ਼ਨ ਆ ਸ਼ੁਰੂ ਹੋਣ ਵਾਲਾ ਅਗਲੇ ਮਹੀਨੇ ਦੀਵਾਲੀ ਦੁਸ਼ਹਿਰੇ ਸਮੇਤ ਤਾਂ ਕਈ ਅਹਿਮ ਤਿਹਾਰ ਆਉਣ ਜਾ ਰਹੇ ਹਨ ਅਕਤੂਬਰ ਆ ਮਹੀਨੇ ਦੇ ਵਿੱਚ ਆ ਗਾਂਧੀ ਜਨਤੀ ਦੁਸ਼ਹਿਰਾ ਦੀਵਾਲੀ ਵਰਗੀਆਂ ਜਨਤਕ ਛੁੱਟੀਆਂ ਆ ਰਹੀਆਂ ਤੇ ਇਹਨਾਂ ਦਿਨਾਂ ਦੇ ਵਿੱਚ ਸਕੂਲ ਆ ਬੈਂਕਾਂ ਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਵੀ ਇਹ ਤਿਹਾਰ ਬਹੁਤ ਹੀ ਰੰਗੀਨ ਹੋਣਗੇ ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਨਤੀ ਦੇ ਮੌਕੇ ਹੋਵੇਗੀ ਅਰਧਨਾ ਬੈਂਕ ਸਰਕਾਰੀ ਦਫ਼ਤਰ ਸਕੂਲ ਅਤੇ ਕਾਲਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਦੇ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰ ਸੈਨ ਜਨਤ ਦੇ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਸਕੂਲ ਕਾਲਜ ਬੈਂਕ ਆਦ ਆ ਦੋ ਦਿਨਾਂ ਤੱਕ ਬੰਦ ਰਹਿਣਗੇ ਉਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾਸ਼ਟਮੀ ਦੇ ਮੌਕੇ ਤੇ ਕਈ ਸਬਨ ਵਿੱਚ ਛੁੱਟੀ ਰਹੇਗੀ ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸ਼ਹਿਰੇ ਤੇ ਆ ਕੱਤੀਆ ਕਤੂਬਾ ਨੂੰ ਦਿਵਾਲੀ ਦੇ ਮੌਕੇ ਤੇ ਦੇਸ਼ ਭਰ ਦੇ ਵਿੱਚ ਆਏ ਛੁੱਟੀ ਰਹੇਗੀ ਹਰਮੰਦਰ ਸਾਹਿਬਾ ਕੰਪਲੈਕਸ ਵਿੱਚ ਵਾਪਰੀ ਭਿਆਨਕ ਘਟਨਾ دہشت ਦਾ ਮਾਹੌਲ ਅਮਰਾ ਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਹਰਮੰਦਰ ਸਾਹਿਬਾ ਕੰਪਲੈਕਸ ਵਿੱਚ ਇੱਕ ਨੌਜਵਾਨ ਨੇ ਖੁਦ ਨੂੰ ਖੁਦ ਨੂੰ ਗੋਲੀ ਮਾਰ ਲਿਆ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ हां ਅਸਲਾ ਜਾਣਕਾਰ ਦੇ ਅਨੁਸਾਰ ਕੋਈ ਵੀਆਈਪੀ ਹਰਮੰਦਰ ਸਾਹਿਬ ਦੇ ਮੱਥਾ ਟੇਕਣਾ ਪੁੱਜੇ ਸਨ। ਉਹਨਾਂ ਦੇ ਨਾਲ ਆ ਬਾਡੀਗਾਰਡ ਮੌਜੂਦ ਸਨ ਜਦੋਂ ਵੀਆਈਪੀ ਮੱਥਾ ਟੇਕਣ ਲਈ ਅੰਦਰ ਚਲੇ ਗਏ ਤੇ ਗਨਮੈਨ ਬਾਹਰ ਗਲਿਆਰੇ ਦੇ ਨੇੜੇ ਖੜੇ ਰਹੇ। ਐਸਦਰਨ ਕੌਜੀ ਦੇਰ ਦੇ ਵਿੱਚ ਨੌਂਬਾਨ ਦੌੜਦਾ ਹੋਇਆ ਆਇਆ ਤੇ ਉਸ ਨੇ ਗਨਮੈਨ ਦੀ ਪਿਸਤੌਲਾਂ ਖੋਲ੍ਹਿਆ ਤੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਦੇ ਵਿੱਚ ਜੁਟੂ ਅਤੇ ਨਾਲੇ ਪੁਲਿਸ ਮਰਤਕ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਦੱਸਦੇ ਇੱਕ ਗੋਲੀ ਦੇ ਆਵਾਜ਼ ਆ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਵੀ ਦੌੜ ਆਏ ਪਰ ਉਦੋਂ ਤੱਕ ਨੌਜਵਾਨ ਗੋਲੀ ਲੱਗਣ ਤੋਂ ਮਗਰੋਂ ਉੱਥੇ ਹੀ ਡੈਗ ਪਿਆ। ਨੌਜਵਾਨ ਦੇ ਸਿਰ ਤੇ ਗੋਲੀ ਲੱਗਿਆ ਤੇ ਇੰਨੇ ਸੁਰੱਖਿਆ ਦੇ ਬਾਵਜੂਦਾਂ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲੈਣਾ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰੀ ਜਾ ਤੇ ਨõਜਬੰਦ ਦੀ ਪਛਾਣ ਵੀ ਕੀਤੀ ਜਾ ਰਹੀ ਹੈ। ਅਮਰਤਾ ਪਾਲ ਸੰਘ ਅਤੇ ਸਾਥੀਆਂ ਤੋਂ ਸੀਐਮਾ ਭਗਵੰਤ ਮਾਨ ਨੂੰ ਖਤਰਾ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕੀਤਾ ਦਾਵਾ ਐਨਐਸ ਲਾਉਣ ਦੇ ਪਿੱਛੇ ਦੱਸੀ ਵੱਡੀ ਵਜ੍ਹਾ। ਪੰਜਾਬ ਸਰਕਾਰ ਨੇ ਕਰੀਬਾ ਡੇਢ ਸਾਲ ਤੋਂ ਡਿਵਰਗੜ੍ਹ ਜਿਲ੍ਹੇ ਦੇ ਵਿੱਚ ਬੰਦਾ ਖਡੂਰਾ ਸਾਹਿਬ ਦੇ ਸੰਸਦ ਮੈਂਬਰਾਂ ਤੇ ਖਾਲਿਸਤਾਨ ਨੂੰ ਸਮਰਥਕ ਅਮਰਤਾ ਪਾਲ ਸੰਘ ਦੇ ਸਾਥੀਆਂ ਤੇ ਮੋੜ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਐਲ ਲਗਾਉਣ ਦੇ ਸਬੰਧੇ ਅਦਾਲਤ ਵਿੱਚ ਜਵਾਬ ਦਰਜ ਕੀਤਾ ਹੈ ਇਸ ਵਿੱਚ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਮੁਲਜ਼ਮਾਂ ਸੂਬੇ ਦੀ ਕਾਨੂੰਨ ਵਿਵਸਥਾ ਦੇ ਲਈ ਗੰਭੀਰ ਖਤਰਾ ਹਨ ਉੱਤੇ ਸੂਬੇ ਦੇ ਮੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਵੀ ਵੱਡਾ ਖਤਰਾ ਹੈ ਇਸ ਗੱਲ ਨੂੰ ਮਜ਼ਬੂਤੀ ਦੇ ਨਾਲ ਪੇਸ਼ ਕਰਨ ਦੇ ਲਈ ਪੁਲਸ ਦੇ ਵੱਲੋਂ ਕਾਝਾ ਵੀਡੀਓ ਕਲਿੱਪਾਂ ਦਾ ਹਵਾਲਾ ਵੀ ਦਿੱਤਾ ਗਿਆ ਜਸ ਬੈਚਾ ਦੋਸ਼ੀ ਇਹ ਕਹਿੰਦੇ ਹੋਏ ਨਾਜਰ ਆਰਿਆਨ ਕੇ ਪੰਜਾਬ ਦੇ ਮੁੱਖ ਮੰਤਰੀ ਦਾਵੀ ਉਹੀ ਹਾਲ ਹੋਵੇਗਾ ਜੋ ਕਿ ਸਾਬਕਾ ਸੀਐਮ ਆ ਬਿਆਨਤਾ ਸੰਗ ਦਾ ਹੋਇਆ ਸੀ ਇਸ ਮਾਮਲੇ ਦੇ ਅਗਲੇ ਸੁਣਵਾਈ 3 ਅਕਤੂਬਰ ਨੂੰ ਤੈਅ ਕੀਤੀ ਜਾਵੇਗੀ ਇਸ ਦਰਾਨ ਕੇਂਦਰ ਅਤੇ ਪੰਜਾਬ ਸਰਕਾਰ ਅਮਰਤ ਪਾਲ ਸੰਗ ਤੇ ਐਨਐਸਐ ਲਗਾਉਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰੇਗੀ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਵਿਚ ਨਹੀਂ ਪਵੇਗਾ ਮੀਂਹ ਆਉਣ ਵਾਲੇ 2 ਦਿਨਾਂ ਦੇ ਵਿੱਚ ਇਦਾਂ ਦਾ ਰਹੇਗਾ ਮੌਸਮਾ ਪੰਜਾਬ ਅਤੇ ਚੰਡੀਗੜ੍ਹ ਦੇ ਵਿਚ ਵਿਚ ਅੱਜ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਆਉਣ ਵਾਲੇ 2 ਦਿਨਾਂ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਮੀਨੂ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਮੀਨਾ ਪੈਣ ਕਰਕੇ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਤੇ ਸਵੇਰੇ ਦੇ ਵਿੱਚ ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ ਪਾਖੜਾ ਟੈਂਕ ਦੇ ਵਿੱਚ ਸਭ ਤੋਂ ਵੱਧ ਦਾ ਤਾਪਮਾਨ ਲਗਭਗ 36 ਡਿਗਰੀ ਦਰਜਾ ਕੀਤਾ ਗਿਆ ਤੇ ਅੱਜ ਦੇ ਨਾਲ ਹੀ ਪਿਛਲੇ 24 ਘੰਟੇ ਦੌਰਾਨ ਸਵੇਰੇ ਵੇਲੇ ਕਿਤੇ ਵੀ ਮੀਂਹ ਦਰਜ ਨਹੀਂ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਦੇ ਮਾਹਿਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵਧੇਗਾ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਸਕੂਲਾਂ ਨੂੰ ਜਾਰੀ ਕੀਤੇ ਗਏ ਇਹ ਸਖਤ ਆਦੇਸ਼ ਪਾਲਣਾ ਨਾ ਕੀਤੀ ਗਈ ਤਾਂ ਹੋਵੇਗੀ ਸਖਤ ਕਾਰਵਾਈ ਤਰਨਤਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਸੇਫਰ ਸਕੂਲਾ ਬਹਾਨਾ ਪਾਲਸੀ ਦੇ ਸਬੰਧੇਸ ਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਸਖਤ ਹਦਾਇਤਾਂ ਦਿੱਤੀਆਂ ਜੇਕਰ ਕੋਈ ਵੀ ਸੇਫਰ ਸਕੂਲਾ ਬਹਾਨਾ ਪਾਲਸੀ ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੀਟਿੰਗ ਦੇ ਦੌਰਾਨ ਐਸਡੀਐਮ ਤਰਨਤਾਰਨ ਸਿਮਰਨ ਦੇਪਾ ਸੰਗ ਐਸਡੀਐਮ ਪੱਟੀ ਕਰਪਾਲ ਵੀਰਾ ਸੰਗਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਰ ਜੈਸ਼ ਕੁਮਾਰ ਡੀਐਸਪੀ ਨਰਮਲ ਸਿੰਘਾ ਜ਼ਿਲ੍ਹਾ ਸਖਿਆ ਅਫਸਰ ਪਰਮਜੀਤ ਸਿੰਘ ਹਾਜ਼ਰ ਸਨ ਮਾਨਯੋਗ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚ ਸਿਵਲ ਰੈਟ ਪਾਰਟੀਸ਼ਨ ਨੰਬਰ 69007/2009 ਦੇ ਬੈਚ ਜਾਰੀ ਹੁਕਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਦੇ ਵੱਲੋਂ ਦੱਸਿਆ ਗਿਆ ਕਿ ਸੇਫ ਸਕੂਲਾ ਵਿਕਲਪ ਪਾਲਿਸੀ ਦੇ ਤਹਿਤ ਸਕੂਲੀ ਬਸਾਂ ਦੇ ਬੈਚਾਂ ਪੈਰਾਂ ਦੀ ਉਚਾਈ 220 ਮੀਟਰ 220 ਮਿਲੀਮੀਟਰ ਤੋਂ ਬਾਅਦ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਹੀ ਸੀਸੀਟੀਵੀ ਫੁਟੇਜ ਨੂੰ 60 ਦਿਨਾਂ ਤੱਕ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਸਕੂਲ ਬੱਸ ਤੇ ਸਕੂਲ ਦਾ ਨਾਂ ਤੇ ਫੋਨ ਨੰਬਰ ਲਿਖਿਆ ਹੋਣਾ ਜ਼ਰੂਰੀ ਹੈ ਸਕੂਲੀ ਬੱਸ ਦੇ ਡਰਾਈਵਰ ਨੇ ਹਲਕੇ ਨੀਲੇ ਰੰਗ ਦੇ ਕਮੀਜ਼ਾ ਪੈਂਟ ਅਤੇ ਕਾਲੇ ਰੰਗ ਦੇ ਜੁੱਤੇ ਪਾਈ ਹੋਣੀ ਚਾਹੀਦੀ ਹੈ ਇਸ ਤੇ ਡਰਾਈਵਰ ਦਾ ਨਾਂ ਵਾਲੀ ਇੱਕ ਆਈਡੀ ਪਲੇਟਾ ਵੀ ਹੋਣੀ ਚਾਹੀਦੀ ਹੈ ਡਰਾਈਵਰ ਦੇ ਕੋਲ ਇੱਕ ਸੂਚੀ ਹੋਣੀ ਚਾਹੀਦਾ ਹੈ ਕਿ ਜਿਸ ਵਿੱਚ ਸਾਰੇ ਬੱਚਿਆਂ ਦਾ ਨਾਮ ਪਤਾ ਕਲਾਸ ਅਤੇ ਬਲੱਡ ਗਰੁੱਪ ਸ਼ਾਮਲ ਹੋਵੇ ਇਸ ਦੇ ਨਾਲ ਹੀ ਸਕੂਲ ਬੱਸ ਦੇ ਵਿੱਚ ਸਮਰੱਥਾ ਤੋਂ ਜ਼ਿਆਦਾ ਬੱਚੇ ਨਾ ਬਿਠਾਏ ਜਾਣ ਸਕੂਲ ਬੱਸ ਦੇ ਵਿੱਚ ਅੱਗ ਬਜਾਉ ਜੰਤਰ ਦਾ ਹੋਣਾ ਜ਼ਰੂਰੀ ਹੈ ਜੇਕਰ ਬੱਸ ਕਿਰਾਏ ਤੇ ਹੋਵੇ ਤਾਂ ਸਕੂਲ ਆ ਡਿਊਟੀ ਤੇ ਬੈਨਰ ਦੀ ਲੋੜ ਹੁੰਦੀ ਹੈ ਸਕੂਲ ਬੱਸ ਦਾ ਰੰਗ ਸੁਨਹਿਰੀ ਪੀਲਾ ਹੋਣਾ ਚਾਹੀਦਾ ਅੱਗੇ ਤੇ ਪਿੱਛੇ ਇੱਕ ਐਮਰਜੈਂਸੀ ਵਿੰਡੋ ਵੀ ਚਾਹੀਦੀ ਹੈ ਸਕੂਲ ਆ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ ਚਾਹੀਦਾ ਤੇ ਸਕੂਲ ਬੱਸ ਡਰਾਈਵਰ ਦੇ ਕੋਲ 4 ਸਾਲ ਤੱਕ ਦਾ ਤਜਰਬਾ ਵੀ ਚਾਹੀਦਾ ਹੈ। ਪੰਜਾਬ ਸਰਕਾਰ ਔਰਤਾਂ ਦੀ ਪੂਰੀ ਕਰਨ ਜਾ ਰਹੀ ਹੈ ਇਹ ਵੱਡੀ ਮੰਗ। ਸਵੇ ਭਰਦਨਾ ਕੰਮਕਾਜ ਔਰਤਾਂ ਦੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਪੰਜਾਬ ਸਰਕਾਰ ਮੁਹੱਲੇ ਦੇ ਵਿੱਚ ਆਧੁਨਿਕ ਕੰਮਕਾਜ ਔਰਤਾਂ ਦੇ ਹੋਸਟਲ ਦੀ ਅਲਸਾਰੀ ਸ਼ੁਰੂ ਕਰਨ ਜਾ ਰਹੀ ਹੈ ਇਸ ਸੰਬੰਧੀ ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਸਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਉਪਰਾਲੇ ਦੇ ਨਾਲ ਰੁਜ਼ਗਾਰ ਦੇ ਮੌਕਿਆਂ ਦੇ ਪਾਲ ਦੇ ਵਿੱਚ ਮਹਾਲੀਆ ਤੇ ਚੰਡੀਗੜ੍ਹ ਆਉਣ ਵਾਲੀਆਂ ਔਰਤਾਂ ਨੂੰ ਸਸਤੇ ਅਤੇ ਸੁਰੱਖਿਅਤ ਰਹਾਇਸ਼ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਦਾ ਸਾਕ ਕਿ ਇਹ ਹੋਸਟਲ ਮਹਾਲੀ ਦੇ ਸੈਕਟਰ 79 ਵਿੱਚ ਸਥਿਤ ਲਗਭਗ 1 ਏਕੜਾ ਪਲਾਟ ਦੇ ਵਿੱਚ ਬਣਾਇਆ ਜਾਵੇਗਾ। ਪੰਜਾਬ ਦੇ ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਸਭਾ ਵਿਭਾਗ ਨੂੰ ਨਿਰਬਿਆ ਪਾਂਡਾ ਤਹਿਤ ਲਗਭਗ 13 ਕਰੋੜ ਰੁਪਏ ਮਿਲਣ ਤੇ ਇਸ ਪ੍ਰਸਤਾਵ ਨੂੰ ਸਕੀਮ ਦੇ ਤਹਿਤ ਗਠਾਤਾ ਅਧਿਕਾਰਤ ਕਮੇਟੀ ਦੇ ਵੱਲੋਂ ਪਹਿਲੇ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 10 ਰੁਪਏ ਤੱਕ ਦੀ ਕਮੀ। ਜੀ ਹਾਂ ਦੋਸਤੋ ਕਮੰਤਰੀ ਪਦਰਤ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧੇ ਦੇ ਬਾਵਜੂਦ ਅੱਜ ਘਰੇਲੂ ਪਦਰਤ ਤੇ ਪੈਟਰੋਲ ਅਤੇ ਡੀਲ ਦੀਆਂ ਕੀਮਤਾਂ ਸਥਰਾਂ ਜਾਸ ਕਰਨ ਦਿੱਲੀ ਦੇ ਵਿੱਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਤੇ ਰਿਹਾ ਪਰਮੋਕਾ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈਬਸਾਈਟ ਤੇ ਜਾਰੀ ਕੀਤੇ ਗਏ ਰੇਟਾਂ ਦੇ ਮੁਤਾਬਕ ਅੱਜ ਦੇਸ਼ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਦਿੱਲੀ ਵਿੱਚ ਇਨਾਂ ਦੀਆਂ ਕੀਮਤਾਂ ਦੇ ਬਰਾਬਰ ਰਹਿਣ ਦੇ ਨਾਲ ਮੁੰਬਈ ਦੇ ਵਿੱਚ ਪੈਟਰੋਲ 104 ਰੁਪਏ 21 ਪੈਸੇ ਪ੍ਰਤੀ ਲੀਟਰ ਆ ਰਿਹਾ ਤੇ ਡੀਜ਼ਲ ਆ 92.15 ਰੁਪਏ ਪ੍ਰਤੀ ਲੀਟਰ ਆ ਰਿਹਾ। ਵੇਸ਼ਵਾ ਪਦਰਤੇ ਹਫਤੇ ਦੇ ਅੰਤ ਵਿੱਚ ਅਮਰੀਕੀ ਕਰੂੜਾ 0.13% ਦੇ ਵਾਧੇ ਕੇ 71.25 ਡਾਲਰ ਪ੍ਰਤੀ ਬੈਰਲ ਤੇ ਲੰਡਨਾਂ ਬ੍ਰੈਟ ਕਰੂੜਾ 0.31% ਦੇ ਵਾਧੇ ਕੇ 74.72 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ ਤੇ ਹਾਲ ਹੀ ਦੇ ਵਿੱਚ ਪਾਕਿਸਤਾਨ ਸਰਕਾਰ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਆ ਕਿਹਾ ਗਿਆ ਕਿ ਬੇਸ਼ਬਾ ਪਦਰਤੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਨੇ ਪੈਟਰੋਲ ਦੀ ਕੀਮਤ ਵਿੱਚ 10 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 13 ਰੁਪਏ ਦੇ ਕਟੌਤੇ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਅਗਲੀ ਖਬਰ ਸੋਮਵਾਰ ਨੂੰ ਛੁੱਟੀ ਦਾ ਐਲਾਨ ਸਰਕਾਰੀ ਦਫ਼ਤਰਾਂ ਸਣੇ ਸਕੂਲਾਂ ਕਾਲਜਾਂ ਰਹਿਣਗੇ ਬੰਦ। ਤਿਹਾਰੀ ਸੀਜ਼ਨ ਹੁਣ ਕਰਕੇ ਸਤੰਬਰ ਮਹੀਨੇ ਦੇ ਵਿੱਚ ਕਈ ਛੁੱਟੀਆਂ ਆਈਆਂ ਤੇ ਹੁਣ 23 ਸਤੰਬਰ ਯਾਨੀ ਕਿ ਸੋਮਵਾਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਛੁੱਟੀ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਆਫ ਫਰੀਦਕੋਟ ਬਨੀਤਾ ਕੁਮਾਰ ਦੇ ਵੱਲੋਂ ਬਾਬਾ ਸ਼ੇਖਾ ਫਰੀਦ ਜੀ ਦੇ ਆਗਮਨ ਪਰਬ 2024 ਦੇ ਮੌਕੇ ਤੇ 23 ਸਤੰਬਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਮੂਹ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ ਆਦਿ ਵਿੱਚ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ